ਬਾਥਰੂਮ ਤਾਂ ਨਹੀਂ ਆਊਗਾ। ਨਹੀਂ ਬਾਥਰੂਮ ਨਹੀਂ ਆਊਗਾ ਉੱਪਰ। ਇਹ ਗੱਲ ਤਾਂ ਤੁਸੀਂ ਡਰ ਕੱਟ ਵੀ ਦਿਓ, ਜੇ ਤੁਸੀਂ ਵਿੱਚ ਕਰ ਵੀ ਦਿਓਗੇ ਬਾਥਰੂਮ, ਡਰੋ ਨਾ, ਤੁਹਾਨੂੰ ਕੋਈ ਮਾਰੂ ਨਹੀਂ ਹੋਣਾ। ਤੁਹਾਨੂੰ ਪਹਿਲਾਂ ਬਾਥਰੂਮ ਵਿੱਚ ਕਰਨ ਤੇ ਕੁੱਟਦੇ ਸੀ ਹੈਂ? ਆ ਜਿਹੜੇ ਲੋਕ ਇਹ ਜਾਣੇ ਜੀ ਪੁੱਤ ਮਿੱਠੜੇ ਮੇਵੇ ਤੇ ਰੱਬ, ਉਹ ਰੋਪੜ ਵਾਲੀ ਮਾਂ ਨੂੰ ਪੁੱਛ ਕੇ ਵੇਖੋ ਭਲਾ, ਪੁੱਤ ਮਿੱਠੜੇ ਮੇਵੇ ਆ? ਬੋਲੋ ਜੀ, ਜਿਹੜੇ ਕਹਿੰਦੀ ਪੁੱਤ ਮਿੱਠੜੇ ਮੇਵੇ ਤੇ ਰੱਬ। ਆ ਜਿਹੜੇ ਕਈ ਵਾਰੀ ਭੁੜਕਦੇ ਹੁੰਦੇ ਨਾ ਸਾਡੇ, ਕਈ ਵਾਰੀ ਅਸੀਂ ਜਦੋਂ ਬੋਲਦੇ ਹਾਂ ਵੀ ਭਾਈ ਧੀਆਂ ਪੁੱਤਾਂ ਨਾਲੋਂ ਚੰਗੀਆਂ ਵਾ, ਉਹ ਕਹਿੰਦੇ ਲੈ ਸਾਡੇ, ਉਹ ਜੇ ਤੁਹਾਡਾ ਪੁੱਤ ਚੰਗਾ ਨਿਕਲ ਆਇਆ ਤੇ ਸਮਾਜ 'ਚ ਦੂਜੇ ਲੋਕ ਵੀ ਤੇ ਹੈਗੇ ਨਾ, ਪੁੱਛ ਕੇ ਵੇਖੋ ਉਹਨਾਂ ਮਾਵਾਂ ਨੂੰ, ਉਹਨਾਂ ਬਜ਼ੁਰਗਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਉਹਨਾਂ ਨੇ ਦੋ ਦੋ ਤਿੰਨ ਤਿੰਨ ਬੱਚਿਆਂ ਨੇ ਘਰੋਂ ਬਾਹਰ ਕੱਢਿਆ ਹੋਇਆ ਵਾ, ਕੋਈ ਰੋਟੀ ਪੁੱਛਣ ਨੂੰ ਤਿਆਰ ਹੈ ਨਹੀਂ। ਉਹ ਮਾਂ ਪਤਨੀ ਵਿਚਾਰੀ ਨੂੰ ਕੋਈ ਪ੍ਰੋਬਲਮ ਆ ਸਰੀਰ ਦੀ, ਕਿਉਂਕਿ ਪ੍ਰੋਫੈਸਰ ਰਹੀ ਆ ਉਹਨੂੰ ਕੁੱਟਿਆ ਵਾ, ਸ਼ਦਤ ਕਰਦਾ ਰਿਹਾ ਸਾਰਾ ਪਰਿਵਾਰ ਉਹ ਮਾਂ ਦੇ ਉੱਤੇ। ਹੁਣ ਸੋਚ ਕੇ ਵੇਖੋ ਤੁਸੀਂ, ਸਾਡਾ ਪੜ੍ਹਿਆ ਲਿਖਿਆ ਵਰਗ ਕਿੱਥੇ ਖੜੋਤਾ? ਚਲੋ ਆਪਾਂ ਆਮ ਅਨਪੜ੍ਹ ਬਾਰੇ ਕਹਾਂਗੇ ਵੀ ਉਹ ਤੇ ਅਨਪੜ੍ਹ ਬੰਦਾ ਜੀ, ਨਸ਼ਾ ਕਰਦਾ ਜੀ, ਸਮੈਕੀਆ ਬੰਦਾ, ਕੋਈ ਡਰੱਗ ਵਾਲਾ ਬੰਦਾ ਆਪਣੇ ਮਾਂ ਬਾਪ 'ਤੇ ਹਮਲਾ ਕਰਦਾ, ਆਪਾਂ ਕਹਿੰਦੇ ਮੱਤ ਮਾਰੀ ਗਈ ਸੀ। ਇਹ ਤਾਂ ਪੜ੍ਹਿਆ ਲਿਖਿਆ ਸੀ, ਇਹ ਤਾਂ ਇਹਦੇ ਕੋਲ ਤਾਂ ਐਜੂਕੇਸ਼ਨ ਵੀ ਹੈਗੀ ਸੀ, ਇਹ ਤਾਂ ਸਕੂਲੇ ਵੀ ਗਿਆ ਹੋਏਗਾ, ਪੜ੍ਹਿਆ ਵਾ, ਕਾਲਜਾਂ 'ਚ ਗਿਆ ਵਾ, ਵਕੀਲ ਬਣਿਆ ਵਾ, ਕਿੰਨੇ ਕੇਸ ਨੇ। ਅੱਛਾ, ਕਿੱਦਾਂ ਦੇ ਕੇਸ ਵੀ ਇਹਦੇ ਕੋਲ ਆਏ ਹੋਣਗੇ, ਉਹਦਾ ਕਈ ਕੇਸ ਇਹਦੇ ਕੋਲ ਇਹ ਵੀ ਆਏ ਹੋਣ ਵੀ ਜਿਹੜੇ ਬੱਚਿਆਂ ਨੇ ਮਾਂ ਬਾਪ ਦੇ ਤਸ਼ੱਦਦ ਕੀਤਾ, ਉਦੋਂ ਬਹਿਸ ਕਰ ਕਰਕੇ ਜਿਤਾਇਆ ਵੀ ਹੋਊਗਾ, ਆਪ ਨਹੀਂ ਪਤਾ ਨਾ ਵੀ ਉਸੇ ਖੂਹ 'ਚ ਮੈਂ ਡਿੱਗਣਾ। ਯਾਰ ਪਰਿਵਾਰ 'ਚ ਇੱਕ ਜੀ ਦਾ ਵੀ ਦਿਮਾਗ ਨਹੀਂ ਕੰਮ ਕੀਤਾ ਵੀ ਕਿਸ ਮਾਂ ਦੇ ਉੱਤੇ ਤੁਸੀਂ ਕਹਿਰ ਢਾ ਰਹੇ ਜੀ, ਜਿਹਨੇ ਤੁਹਾਨੂੰ ਪਾਲ ਕੇ ਪੋਸ ਕੇ ਜਵਾਨ ਕਰਕੇ ਵੱਡਾ ਕੀਤਾ ਵਾ। ਸਮਾਜ ਦੇ ਵਿੱਚ ਇਹ ਲੋਕ ਇਹੋ ਜਿਹੇ ਲੋਕ ਰਹਿਣ ਯੋਗ ਹੈਗੇ ਨੇ? ਸੋਚ ਕੇ ਵੇਖੋ ਤੁਸੀਂ, ਸਾਡੀ ਦੁਨੀਆ ਖਲੋਤੀ ਕਿੱਥੇ ਆ, ਅਸੀਂ ਕਿੰਨਾ ਹਾਲਾਤਾਂ ਵਿੱਚ ਜੀਵਨ ਜੀਉ ਰਹੇ ਹਾਂ। ਜੋ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਪਿਆਰ ਮੁਹੱਬਤ, ਉਹ ਤੇ ਸਨੇਹ ਸਾਡੇ ਘਰਾਂ 'ਚੋਂ ਮੁੱਕ ਗਿਆ। ਕੋਠੀਆਂ ਪਾਲੀਆਂ, ਮਾਰਬਲ ਲਾ ਲਿਆ, ਮਹਿੰਗੇ ਮਹਿੰਗੇ ਦਰਵਾਜ਼ੇ ਲਾ ਲਏ, ਸੋਫੇ ਚੱਕੀ ਆਉਂਦੇ ਬਾਜ਼ਾਰੋਂ, ਸਮਿਆਨਾ ਲਾ ਲਿਆ, ਮਤਲਬ ਘਰ 'ਚ ਹਰ ਚੀਜ਼ ਲਿਆ ਲਿਆ ਕੇ ਰੱਖੀ ਜਾਂਦੇ ਹਾਂ। ਯਾਰ ਤੁਸੀਂ ਵਸਤੂਆਂ ਨਾਲ ਗੱਲਾਂ ਕਰ ਲਓਗੇ ਜੇ ਘਰ 'ਚ ਜੀ ਕੋਈ ਨਾ ਪਿਆਰ ਵਾਲਾ ਰਿਹਾ ਤੇ? ਮਹਿੰਗੇ ਘਰਾਂ ਨੂੰ, ਗੱਡੀਆਂ ਨੂੰ ਕੀ ਕਰਨਾ ਜੇ ਘਰ 'ਚ ਕੋਈ ਜੀ ਖੁਸ਼ ਹੀ ਨਾ ਰਿਹਾ ਤੇ? ਜੇ ਕੋਈ ਮੇਰਾ ਭੈਣ ਭਰਾ ਅਜੇ ਵੀ ਇੱਦਾਂ ਦੀ ਕੋਈ ਵਕੀਲ ਵਰਗੀ ਗਲਤੀ ਕਰ ਰਿਹਾ ਨਾ, ਆਪਣੀਆਂ ਗਲਤੀਆਂ ਸੁਧਾਰ ਲਓ, ਸੁਧਾਰ ਲਓ, ਮੇਰੀ ਹੱਥ ਜੋੜ ਕੇ ਬੇਨਤੀ। ਯਾਰ ਬੰਦਾ ਲੜਦਾ ਉੱਥੇ ਚੰਗਾ ਲੱਗਦਾ ਜਿੱਥੇ ਅੱਗਿਓਂ ਕੋਈ ਮਾੜੀ ਗੱਲ ਕਵੇ, ਉਹ ਮਾਂ ਦੇ ਬੋਲਣ ਜੋਗੀ ਹੈ ਵੀ ਨਹੀਂ ਹੈਗੀ। ਚਲੋ ਜਿੱਥੇ ਮੈਂ ਮੰਨੂੰਗਾ ਵੀ ਕਿਸੇ ਨੇ ਕੋਈ ਮਾੜਾ ਸ਼ਬਦ ਬੋਲਤਾ, ਮਾਂ ਨੇ ਕੋਈ ਬੋਲਤਾ, ਕੋਈ ਪਿਓ ਨੇ ਬੋਲਤਾ, ਤੇ ਚਲੋ ਮਾਂ ਪੁੱਤ ਲੜ ਪਏ, ਮੰਨਣਾ ਵੀ ਚਲੋ ਮਾਂ ਨੇ ਵੀ ਅੱਗਿਓਂ ਬੋਲਿਆ ਹੋਊਗਾ, ਉਹ ਤੇ ਵਿਚਾਰੀ ਬੋਲਣ ਜੋਗੀ ਵੀ ਹੈ ਨਹੀਂ, ਉਹ ਤੇ ਪੈਰਾਲਾਈਜ਼ ਦੀ ਮਿਲਖਿਆ ਮਰੀਜ਼ ਆ, ਉਹ ਤੇ ਵਿਚਾਰੀ ਨੂੰ ਤੇ ਪਤਾ ਹੀ ਕੱਖ ਨਹੀਂ ਹੈਗਾ। ਹੁਣ ਇਹੋ ਜਿਹੇ ਲੋਕ ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਹੋਣਗੇ, ਪੂਜਾ ਵੀ ਕਰਦੇ ਹੋਣਗੇ, ਪਤਾ ਨਹੀਂ ਕਿੰਨੇ ਹਵਨ ਕਰਾਏ ਹੋਣੇ ਆ, ਕਿੰਨੀ ਪੂਜਾ ਕਰਾਈ ਹੋਣੀ ਆ। ਮੈਂ ਨਹੀਂ, ਇਹੋ ਜਿਹੇ ਚੀਜ਼ਾਂ ਦਾ ਸੰਬੰਧ ਕਿਸੇ ਧਰਮ ਨਾਲ ਨਹੀਂ ਹੁੰਦਾ, ਹਰ ਇੱਕ ਸਮਾਜ ਦਾ ਵਿਅਕਤੀ ਦਾ ਹਿਰਦਾ ਵਲੂੰਦਰਿਆ ਗਿਆ ਇਹੋ ਜਿਹੀ ਘਟਨਾ ਵੇਖ ਕੇ ਵੀ ਨਹੀਂ ਯਾਰ ਇੱਦਾਂ ਨਹੀਂ ਹੋਣਾ ਚਾਹੀਦਾ। ਆਪਣੇ ਘਰਾਂ ਵਿੱਚ ਆਪਣੇ ਮਾਂ ਬਾਪ ਦੀ ਰਿਸਪੈਕਟ ਕਰੋ, ਅਤੇ ਮਾਂ ਬਾਪ ਨੂੰ ਮੈਂ ਇੱਕ ਬੇਨਤੀ ਕਰਦਾ ਹੁੰਦਾ, ਆਪਣੇ ਬੱਚਿਆਂ 'ਚ ਕਦੀ ਵਿਤਕਰਾ ਨਾ ਕਰੋ। ਮੈਂ ਮਾਂ ਬਾਪ ਨੂੰ ਵੀ ਕਹਿੰਦਾ ਹੁੰਦਾ ਇੱਕ ਬੇਨਤੀ, ਇਹ ਵੀ ਇੱਕ ਬੜੀ ਵੱਡੀ ਸਮੱਸਿਆ, ਕਈਆਂ ਘਰਾਂ 'ਚ ਪ੍ਰੋਬਲਮ ਆ, ਉਹ ਬੱਚਿਆਂ 'ਚ ਵਿਤਕਰਾ ਕਰਦੇ, ਇੱਕ ਨੂੰ ਚੰਗਾ ਸਮਝ ਜਾਣਾ ਦੂਜੇ ਨੂੰ, ਇੱਕ ਨੂੰਹ ਨੂੰ ਚੰਗਾ ਸਮਝ ਜਾਣਾ ਦੂਜੇ ਨੂੰ, ਅੱਛਾ ਇੱਕ ਨੂੰਹ ਦੇ ਕੋਲੋਂ ਦਬਕੇ ਵੀ ਖਾਈ ਜਾਣੇ ਆ ਤੇ ਫਿਰ ਵੀ ਚੰਗੀ ਆ, ਅਤੇ ਇੱਕ ਕਹਿੰਦੀ ਵੀ ਕੁਝ ਨਹੀਂ ਫਿਰ ਵੀ ਮਾੜੀ ਆ। ਅਤੇ ਕਈਆਂ ਘਰਾਂ 'ਚ ਇਹ ਵੀ ਹੁੰਦਾ ਜਿਹੜੀ ਨੂੰਹ ਦਾਜ ਲੈ ਆਵੇ ਨਾ ਜ਼ਿਆਦਾ, ਉਹ ਜੇ ਲੇਟ ਉੱਠੇ ਤਾਂ ਉਹਨੂੰ ਇੱਦਾਂ ਪੁੱਛਣਾ ਬੇਟਾ ਠੀਕ ਨਹੀਂ ਲੱਗਦੀ ਅੱਜ ਲੇਟ ਉੱਠੀ ਹੈ, ਅਤੇ ਜਿਹੜੀ ਵਿਚਾਰੀ ਸਮਾਨ ਘੱਟ ਲੈ ਕੇ ਆਈ ਆ, ਜੇ ਕਿਤੇ ਵਿਚਾਰੀ ਉਹ 10 ਮਿੰਟ ਲੇਟ ਉੱਠੀ ਨਾ, ਉਹਨੂੰ ਕਹਿਣਾ ਕੀ ਗੱਲ ਅੱਜ ਸੂਰਜ ਦਿਖਿਆ ਨਹੀਂ ਕਦੋਂ ਦਾ ਚੜ੍ਹਿਆ ਅਤੇ ਅੱਜ ਆਪਾਂ ਲੇਟ ਉੱਠੇ। ਉਹਨੇ ਕਿਹਾ ਮੈਂ ਠੀਕ ਨਹੀਂ ਹੈਗੀ, ਅਤੇ ਅੱਗੇ ਸੱਸ ਨੇ ਅਗਲਾ ਸਲੋਕ ਸੁਣਾਤਾ, ਕਹਿੰਦੀ ਤੂੰ ਠੀਕ ਕਦੋਂ ਸੀ, ਤੂੰ ਤਾਂ ਵਿਆਹੀ ਬਿਮਾਰ ਆਈ ਸੀ, ਕਿਉਂਕਿ ਵਿਚਾਰੀ ਸਮਾਨ ਘੱਟ ਲੈ ਕੇ ਆਈ ਆ। ਇੱਧਰੋਂ ਜਿਹਦਾ ਜਿਹਦਾ ਹਾਲ ਚਾਲ ਪੁੱਛਿਆ ਜਾ ਰਿਹਾ, ਉਹਨੇ ਮੂੰਹ ਹੀ ਐਡਾ ਤਕੜਾ ਬੰਦ ਕਰਤਾ ਵੀ ਏਸੀ ਵੀ ਲੈ ਆਉਂਦਾ ਅਤੇ ਫਰਿੱਜ ਵੀ ਦੋ ਦਰਵਾਜ਼ਿਆਂ ਵਾਲੀ ਲੈ ਆਉਂਦੀ, ਗੱਡੀ ਵੀ ਵੱਡੀ ਲੈ ਆਉਂਦੀ, ਮਿਲਣੀ ਵਿੱਚ ਮੁੰਦਰੀਆਂ ਛੱਲੇ ਵੀ ਪਵਾ ਤੇ, ਉਹਦਾ ਹੁਣ ਸਾਰਾ ਕੁਝ ਜਾਇਜ਼ ਹੋ ਗਿਆ, ਭਾਵੇਂ ਉਹ ਚਾਹ ਬਣਾਵੇ ਅਤੇ ਭਾਵੇਂ। ਬੋਲੋ ਜੀ, ਇਹ ਕੰਮ ਨਾ ਕਰੋ, ਇਹੋ ਜਿਹੇ ਪਖੰਡ ਤੋਂ ਬਾਹਰ ਨਿਕਲੋ। ਇੱਕ ਬੇਨਤੀ ਹੋਰ ਕਰਾਂ, ਆਪਾਂ ਧੀਆਂ ਵਿਆਹੁੰਦੇ ਹਾਂ ਨਾ, ਕਦੀ ਆਪਣੇ ਧੀਆਂ ਦੇ ਸਹੁਰੇ ਜਾ ਕੇ ਰੋਬ ਨਾ ਪਾਓ ਕਿ ਮੈਂ ਆ ਹੈਗਾ, ਵਸਣਾ ਧੀ ਨੇ ਆ, ਤੇਰੇ ਚੌਧਰ ਪੁਣੇ ਨੂੰ ਥੋੜ੍ਹਾ ਵਸਣਾ, ਤੂੰ ਭਾਵੇਂ ਇਲਾਕੇ ਦਾ ਆਗੂ ਵੀ ਕਿਉਂ ਨਾ ਹੋਵੇ, ਉੱਥੇ ਨਿਮਰਤਾ ਨਾਲ ਧੀਆਂ ਵੱਸਦੀਆਂ।
जिहड़े लोग जाके धीआं दे सहुरे जाके रोह पाउंदे ना, मैं फलाने मंत्री नाल बहिना। गुरु हरगोबिंद पातशाह तो सिख्या लो, पातशाह ने एको गल आखी सी अपनी धी नूं, बीबी वीरो नूं, धीए सहुरे घर जा के बाप की अमीरी का माण नहीं करना, उत्थे निम्रता दे नाल सहुरे घर च रहना। जिहड़े जाके इदां रोह पाउंदियां ते इह वी इह बड़े हुण मैनूं कई पुछणगे जी इह गुरद्वारिआं दी कथा करन दी लोड़ हैगी, मैं कहा लावां वी ते गुरद्वारे हुंदियां, जे गुरद्वारे लावां हो सकदियां ते लावां तों बाद परिवारां च रहना किवें, वी कथा गुरद्वारिआं च होणी चाहीदी है। क्यों जी हुण साडा हालात आ वी लावां गुरद्वारे हुंदा ते तलाक जा के अदालत च हुंदा ते फुफड़ नूं जा के छिआं महीनिआं छिआं सालां बाद पता लगदा वी उह तां तलाक हो ही गिआ, रिश्तेदारां नूं दस्सिआ वी नहीं हुंदा वी उह ते हुण सुख नाल काम निबड़ गिआ। हुण एक दिन मैनूं एक वीर आंदा जी कथा च वाद वाद नहीं होना चाहिदा, मैं कहा कथा ते वाद वाद तो बिना नेपरे चढ़नी नहीं, इत्थे ते हर गल ही किसे दे गिटे गोडे वजणी। जदों आपां कहांगे वी तुसीं दाज नहीं लैणा, जिहड़े दाज लैण वाले उहनां नूं ते कथा चंगी नहीं लगणी, जिहड़ा नशा पींदा उहनूं वी नहीं चंगी लगणी, जिहड़ा देहधारियां दी पूजा करदा उहनूं वी नहीं चंगी लगणी। फिर ते इत्थे इक्को काम कहा जाता वी आओ आपां अखां पीड़ के सतनाम वाहिगुरू करिए, ना कोई छड़णा ते ना कोई ग्रहण करना। इत्थे ते भाई अग्ञानता दा नेरा दूर करना ते कुछ सिख्या लैनी पैनी आ, जे सुधार चाहुंदे अपना ते, जे नहीं आ ते फिर ठीक आ अपना काम करी जाओ, जो पखंड करदे करी जाओ, तगड़े हो के वेखी जाओ, जो आपे लेखा हो जाना। इत्थे ते पातशाह जी समझाउंदे आ वी अंतर अग्ञान भई मत मध्यम सतगुर की, जे अंदर अग्ञानता दा हनेरा है गुरु तो भरोसा उठ जाएगा, मत हौली हो गई ते फिर इहो जिहा बंदा की करदा अंदर कपट, फिर अंदर धोखा हुंदा उहदे। फिर जिहड़े बंदे दे अंदर अग्ञानता होवे ना उह हर काम ही धोखे नाल करदा, जे उहने कोई कारोबार करना उह च धोखा, जे पुत्र धी दा विआह करना उह च धोखा, धोखे हो रहे ना अज्ज सासन जी, झूठे धीआं पुत्तां दे विआह कीते जा रहे आ विदेश पहुंचाउण लई, इत्थे भी कई धोखा करते हैं, कई कारोबार कर लग्या धोखे करते हैं, पहला पता होंदा भी मैं इहदा आसरा जिहा लैके किहदी कारोबार चलाउणा, मुड़के इहनूं चुके बरां मारना, धोखा अंदर कपट। हुण अंदर अग्ञान दी शब्द की वरत्या अंतर अग्ञान, जे अंदर अग्ञानता ना ते अंदर कपट ही होना, फिर जे अंदर ज्ञान होएगा फिर अंदर कपट नहीं होएगा। फिर अंदर कदी कहना ज्ञानवान बंदा सोझीवान बंदा जिहनूं गुरमत दा ज्ञान आ गया वो किसी ना धोखा कर लग्या सौ बार सोचेगा, वह कहेगा ना भाई मैं किसी का बुरा नहीं करना, बाणी मैनू किसी का बुरा कर ली कहिंदी नहीं, मैं हर वक्त सुचेत रहना। जिवें लिखिया हुंदा ना तुसीं कैमरियां दी निगरानी हेठ हो, वह कहिंदा भाई इत्थे ते कैमरे किते किते लगे, मैं ते रब दे कैमरे दी निगरानी हेठ हां, उहदा कैमरा ते हर थां ते लगा, हर थां ते देखिया ना शहरां च कैमरे लगे, नाल ही एक्सीलेटर तों पैर चक्किया जांदा, दूजा हुज मारदा उह हौली कर लग गए कैमरा लगे, ਜਦੋਂ ਪਤਾ ਲੱਗ ਗਿਆ ਵੀ ਰੱਬ ਦੇ ਕੈਮਰੇ ਤੇ ਹਰ ਥਾਂ ਤੇ ਲੱਗੇ, ਫਿਰ ਤੇ ਬੰਦੇ ਨੇ ਗਲਤ ਕੰਮ ਕਦੀ ਵੀ ਕਰਨਾ ਹੀ ਨਹੀਂ, ਫਿਰ ਧੋਖਾ ਥੋੜਾ ਕਰੂ ਕਿਸੇ ਨਾਲ। ਅੰਦਰ ਕਪਟ ਸਭ ਕਪਟ ਕਰ ਜਾਣਾ, ਅੰਦਰ ਕਪਟ ਵਾ ਉਹ ਸਾਰੇ ਬੰਨੇ ਕਪਟੀ ਵੇਖਦਾ, ਸਾਰੇ ਬੰਨੇ ਠੱਗੀਆਂ ਵੇਖਦਾ ਜਿੱਧਰ ਵੇਂਦਾ, ਕਿਉਂਕਿ ਆਪ ਜੋ ਗਲਤ ਵਾ ਆਪ ਠੱਗੀਆਂ ਮਾਰਦਾ, ਉਹਨੂੰ ਲੱਗਦਾ ਸਾਰੇ ਠੱਗੀਆਂ ਮਾਰਦੇ। ਅੰਦਰ ਕਪਟ ਸਭ ਕਪਟ ਕਰ ਜਾਣਾ, ਕਪਟੇ ਖਪੈ ਖਪਾਹੀ।